ਦੋਸਤੋ, ਤੁਸੀਂ ਵੇਖ ਰਹੇ ਪਾਵਰ ਪੰਜਾਬ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਬਿਲਾਲ ਦੋਸਤ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਹੀ ਬੈਲ ਆਈਕਨ ਨੂੰ ਕਰੋ ਪ੍ਰੈਸ, ਤਾਂ ਕਿ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਤੱਕ ਪਹੁੰਚੇ। ਦੋਸਤੋ, ਤੁਹਾਡੇ ਵਾਸਤੇ ਅੱਜ ਬੂਰੀ ਮੱਝ ਲੈ ਕੇ ਆਏ ਹਾਂ। ਦੇਖੋ ਮਾਸ਼ਾਅੱਲਾ, ਇੱਕ ਗਾਂ ਆ ਗਾਂ ਹੈ। ਚਲੋ ਮੱਝ ਦਿਖਾ ਲਈਏ। ਚੂਰ ਕੁਲ ਸਿੰਘ ਨੇ ਮੱਥਾ ਸਫੈਦ, ਮੂੰਹ ਵੀ ਸਫੈਦ ਹੈ ਸਾਰਾ, ਕਾਲੀਆਂ ਅੱਖਾਂ, ਚਿੱਟੀ ਆਖੇ, ਕਾਲੀ ਆਖੇ, ਮੋਟ ਮੋਟ ਖਾਣ, ਸੋਹਣਾ ਮਾਸ਼ਾਅੱਲਾ, ਚੰਗਾ ਬਣਨਾ ਰਹੇ ਕੀ, ਮਾਸ਼ਾਅੱਲਾ ਚੰਗਾ ਬਣਨਾ ਇਹਦਾ, ਮਾਸ਼ਾਅੱਲਾ ਚੰਗਾ ਕਰਦੇ, ਕੱਲ੍ਹ ਚੰਗਾ ਰੋਟੀ ਦਾ, ਪਹਿਲਾਂ ਨਹੀਂ ਚੋਟੀ ਲੱਗਦੀ, ਮਾਸ਼ਾਅੱਲਾ ਮੋਟ ਮੋਟ ਦਾ ਖਾਣ, ਚੰਗੀਆਂ ਵਿਰਲਾਂ ਦੇ ਨਾਲ। ਬਾਕੀ ਮਾਲਕ ਨੂੰ ਪੁੱਛਾਂ, ਦੇਖੋ ਮਾਸ਼ਾਅੱਲਾ ਚੰਗੀਆਂ ਵਿਰਲਾਂ, ਚੰਗੀਆਂ ਗਿਰਲਾਂ ਦੇ ਨਾਲ ਚੰਗਾ ਪੁੱਠਾ, ਮਾਸ਼ਾਅੱਲਾ ਮੁਕੰਮਲ ਕਰ ਦਿੰਦਾ ਚੰਗਾ। ਮਾੜਾ ਛੱਡ, ਮਾੜਾ ਛੱਡ, ਮਾਸ਼ਾਅੱਲਾ ਚੰਗਾ ਗੋਲ ਬਣਨਾ, ਸੋਹਣਾ ਮਾਸ਼ਾਅੱਲਾ, ਚੰਗੀਆਂ ਵਿਰਲਾਂ ਦੇ ਖਾਣ ਲੱਗੇ ਹੋਏ ਨੇ। ਪੁੱਠਾ ਵੇਖ ਜਾ ਵੀ ਮਾਸ਼ਾਅੱਲਾ ਕਿਹੋ ਜਾਂਦਾ ਹੈਗਾ, ਫਿਰ ਚੰਗਾ ਚੌੜਾ ਮਾੜੀ ਜੀ, ਨਾਲ ਹੀ ਗਾਂ ਖੜੀ, ਉਹ ਤੈਨੂੰ ਪਾ ਦਿੰਦੇ ਮਾਸ਼ਾਅੱਲਾ, ਇਹਨੇ ਪਿੱਛੇ ਕੱਟੀ ਉਹ ਕਾਲੀ, ਫਿਰਨ ਵਾਲੀ ਮੈਂ, ਹਾਂ ਟਰਨ ਫਿਰਨ ਵਾਲੀ ਮੈਂ, ਸੋਹਣੀ ਹੈ ਮਾਸ਼ਾਅੱਲਾ, ਸੁਥਰੀ ਹੈ, ਲੰਮੀ ਧੋਣ ਹੈ ਬਰੀਕੀਆਂ ਦੇ ਵਿੱਚ, ਐਂ ਦੀ ਕੱਟੀ ਹੈ ਪਿੱਛੇ ਕਾਲੀ, ਮੱਥਾ ਸਫੈਦ ਹੈ, ਦੁੱਲੀਆਂ ਅੱਖਾਂ, ਚੰਗਾ ਬਣਨਾ ਆ ਇਹਦੇ ਨਾਲ, ਇਹ ਗਾਂ ਖੜੀ, ਮੋਟ ਮੋਟ ਸਿੰਘ, ਕਾਲੀ ਸ਼ਾਹ, ਲਾਖਾ ਰੰਗ, ਮੋਟ ਮੋਟ ਦਾ ਥਾਣ ਹੈ, ਚੰਗੀਆਂ ਗਿਰਲਾਂ ਤੇ, ਦੇਖੋ ਮਾਸ਼ਾਅੱਲਾ ਮੋਟ ਪਰ ਥਾਣ ਹੈ, ਮੋਟਾ ਮੋਟਾ ਬਣਨਾ ਮਾਸ਼ਾਅੱਲਾ, ਸੋਹਣਾ ਗਾਂ ਦਾ, ਇਹਨਾਂ ਮੁਕੰਮਲ ਕਰ ਦੇ, ਕਿਉਂਕਿ ਮਾਸ਼ਾਅੱਲਾ ਗਾਂ ਇਹ ਵੀ ਸਹੀ ਹੈ, ਮਾਲਕ ਨੂੰ ਪੁੱਛਣਾ ਕਿੰਨਾ ਮਾਸ਼ਾਅੱਲਾ ਸਹੀ ਹੈ ਅਤੇ ਕਿੰਨਾ ਨਹੀਂ, ਇਹਦੇ ਕੰਨ ਨੂੰ ਮਾੜਾ ਬੁੱਛ ਪਾਇਆ ਹੋਇਆ, ਗੱਲਾਂ ਚੰਗੀਆਂ ਨੇ। ਬਾਕੀ ਮਾਲਕ ਨੂੰ ਪੁੱਛਾਂਗੇ ਕਿੰਨਾ ਮਾਸ਼ਾਅੱਲਾ ਚੰਗਾ ਬਣਨਾ ਗਾਂ, ਹਾਂ ਮਾੜੀ ਗਾਂ ਛੱਡ ਕੇ ਟੋਰ, ਚੰਗਾ ਮਾਸ਼ਾਅੱਲਾ ਅੰਦਾਜ਼ ਕਰ ਦੇ, ਸੋਹਣਾ ਬਣਨਾ ਮਾਸ਼ਾਅੱਲਾ ਗਾਂ ਦਾ, ਬਦਰਾਂ ਵਾਲਾ ਬਣਨਾ ਹੈ, ਸੂਈ ਇੱਕ ਦੋ ਦਿਨ ਦੀ, ਮਗਰ ਮੱਛੀ ਹੈ, ਮਗਰ ਇਹਦੇ ਮੱਛੀ, ਖਾ ਇਹਦੇ ਮੱਛੀ ਦਿਖਾਉਣਾ ਮੈਂ, ਇਹਦੀ ਮੱਛੀ ਕਿਹੜੀ ਹੈ, ਆਹ ਇਹਦੇ ਮਗਰ ਕਰਾਸ ਮੱਛੀ, ਡੱਬੇ ਰੰਗ ਦੀ, ਇੱਕ ਦੱਸ ਦੇ, ਖਾ ਲਈ ਮਾਸ਼ਾਅੱਲਾ, ਛੋਟੇ ਛੋਟੇ ਖਾਣੇ, ਇਲਾਚੀ ਦੇ ਬੀਜ, ਮੱਛੀ ਇਲਾਚੀ ਦੇ ਕਰਾਸ, ਬਾਕੀ ਮਾਲਕ ਨੂੰ ਪੁੱਛਣੇ, ਇੱਥੇ ਆਏ ਨਵੀਨ ਭਾਈ ਮਾੜਾ, ਸਾਨੂੰ ਦੱਸ ਦਿਆ ਜੀ ਉਹਨਾਂ ਦੇ ਬਾਰੇ ਵਿੱਚ, ਦੁੱਧ ਦੁੱਧ ਮੱਝ ਬੁਰੀ ਪਿਆਰੀ ਜੀ ਕਹਿੰਦੇ ਨੇ ਰੱਤੀ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਨਵੀਦ ਅਲੀ। ਅੱਛਾ ਭਾਈ ਨਵੀਦ, ਕਿੰਨਾ ਸਵਸ ਹੋਈ ਪਹਿਲਾਂ ਮਾਈ ਦਾ ਸਵਾਲ? ਪਹਿਲਾ ਸਵਸ ਹੋਈ, ਦੋ ਟਾਈਮ ਦਾ ਪੱਕਾ ਹੈ, ਸਾਨੂੰ ਦੁੱਧ ਦੱਸ ਦਿਓ ਕਿੰਨਾ ਕਰਦੀ, ਪੱਕਾ ਪੱਕਾ ਆ, ਹਾਂਜੀ 10 ਕਿਲੋ ਬੱਚੇ ਨੂੰ ਛੱਡ ਕੇ ਖਾ ਲਈ, 10 ਕਿਲੋ ਹੈਗਾ ਪੱਕਾ, 10 ਕਿਲੋ ਹੈਗਾ, ਹਾਂ 10 ਕਿਲੋ। ਅੱਛਾ, ਇਹਦੀ ਪਿਆਰ ਮੁਹੱਬਤ ਵਾਲੀ ਕੀਮਤ? ਇਹਦੀ ਪਿਆਰ ਮੁਹੱਬਤ ਵਾਲੀ ਕੀਮਤ 1,90,000। 1,90,000 1,90,000, ਉਹਦੇ ਵਿੱਚੋਂ ਕੋਈ ਪਿਆਰ ਮੁਹੱਬਤ ਕਰੋਗੇ ਸਾਡੇ ਨਾਲ? ਪਿਆਰ ਮੁਹੱਬਤ ਇਨਸ਼ਾ ਇੱਥੇ ਜਿਹੜੀਆਂ ਇਹ ਕੱਟੀ ਹੈ, ਇਹ ਛੋਟੇ ਦੀ ਹੈ ਕਿ ਬੀਜ ਦੀ ਹੈ? ਛੋਟੇ ਦੀ ਹੋਵੇ, ਛੋਟੇ ਦੀ ਹੈ, ਛੋਟੇ ਦੀ ਹੈ। ਅੱਛਾ, ਛੋਟੇ ਦੀ ਹੈ, ਕਾਲੀ ਤਾਂ ਹੈ, ਕਾਲੇ ਛੋਟੇ ਦੀ ਹੈ ਬੂਤੀ ਦੇ ਵਿੱਚੋਂ। ਅੱਛਾ, ਅਤੇ ਉਹ ਗਾਂ ਦਾ ਸਾਨੂੰ ਦੱਸੋ ਹੁਣ, 1,90,000 ਰੁਪਈਆ ਦੀ ਕੀਮਤ, 10 ਕਿਲੋ ਦੁੱਧ ਦੇ, ਪਿਆਰ ਮੁਹੱਬਤ ਆਪਾਂ ਕਰਵਾ ਲਾਂਗੇ, ਅਤੇ ਇਹ ਗਾਂ ਦਾ ਦੱਸੋ ਸਾਨੂੰ, ਇਹ ਕਿੰਨਾ ਸਵਸ ਹੋਈ? ਇਹ ਦੂਜਾ, ਦੂਸਰਾ ਸਵਸ ਹੋਈ, ਹਾਂਜੀ। ਅਤੇ ਇਹ ਪਹਿਲੇ ਸਵੇ ਕਿੰਨਾ ਕੁ ਦੁੱਧ ਕਰਦੀ ਸੀ? ਪਹਿਲੇ ਸੂਏ ਦਾ ਤੁਹਾਨੂੰ ਪਤਾ ਨਹੀਂ, ਆਪਾਂ ਨੂੰ ਕੀ ਪਤਾ, ਆਪਾਂ ਲਿਆਂਦੀ ਤੁਸੀਂ? ਅੱਛਾ, ਆਪਣੇ ਕੋਲ ਜਿਹੜਾ ਹਾਜ਼ਰ ਟਾਈਮ ਹੈ 9, 10, 9, 8, 9 ਕਿਲੋ ਹੈਗਾ ਦੋ ਟਾਈਮ ਦਾ ਪੱਕਾ ਬੱਚਨ ਛੱਡ ਕੇ ਛੱਡ ਕੇ। ਅੱਛਾ, ਇਹਦੀ ਪਿਆਰ ਮੁਹੱਬਤ ਵਾਲੀ ਕੀਮਤ ਕਿੰਨੀ ਹੈ? ਇਹਦੀ 1,80,000।
1,80,000 ਇਹਦੇ ਵਿੱਚ ਹੋ ਗਏ ਪਿਆਰ ਮੁਹੱਬਤ ਸਾਡੇ ਨਾਲ ਕਰੋਗੇ ਕਰਾਂਗੇ ਜਦੋਂ ਆਪਣੀ ਵੀਡੀਓ ਚੱਲੇਗੀ ਅੱਛਾ ਦੁੱਧ 8 ਕਿਲੋ ਦੁੱਧ ਦੋ ਟਾਈਮ ਦਾ ਪੱਕਾ ਜਿਹੜਾ ਦੁੱਧ ਬੱਚਨ ਛੱਡ ਕੇ ਤਾਂ ਦੋਸਤੋ ਇਹਦੇ ਕਰ ਦਿੰਦੇ 1,90,000 ਰੁਪਏ ਕੀਮਤ ਅਤੇ ਗਾਂ ਦੀ ਕਰ ਦਿੰਦੇ 1,80,000 ਰੁਪਏ ਕੀਮਤ ਪਿਆਰ ਮੁਹੱਬਤ ਆਪਾਂ ਦੋਨਾਂ 'ਚ ਕਰਵਾ ਲਵਾਂਗੇ ਜਿਸ ਮੇਰੇ ਭਰਾ ਦੀ ਪਸੰਦ ਆਉਂਦੀ ਸਾਡੇ ਨਾਲ ਰਾਬਤਾ ਕਰ ਸਕਦਾ 0373-7816-150 ਸਾਡਾ ਵਟਸਐਪ ਨੰਬਰ ਵੀ ਹੈ ਈਮੋ ਨੰਬਰ ਵੀ ਹੈ ਅਤੇ ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ ਅੱਲਾ ਨਿਕਲ